ਹਾਂਜੀ ਕਿੱਦਾਂ ਮਿੱਤਰੋ, ਕੀ ਹਾਲ ਚਾਲ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਆਪਾਂ ਕੀ ਕੰਮ ਕਰਾਉਣਾ, ਅੱਜ ਆਪਾਂ ਪਾਉਣੇ ਆ ਨਵੇਂ ਟਾਇਰ, ਅਤੇ ਬਈ ਚੱਲਦੇ ਹਾਂ ਡੈੱਕ ਡੁੱਕ ਲਾ ਕੇ। ਮੈਂ ਕਹਿੰਦਾ ਜਾਣਾ ਦੂਰ ਆ ਥੋੜ੍ਹਾ ਜਿਹਾ, ਜਗਰਾਓਂ ਜਾਣਾ, ਉੱਥੋਂ ਪਵਾ ਕੇ ਲਿਆਉਂਦੇ ਹਾਂ। ਅਤੇ ਬਈ ਬਸ ਦੇਖਿਓ ਤੁਸੀਂ ਕਿਹੜੇ ਟਾਇਰ ਆ ਅਤੇ ਕਿਵੇਂ ਦੇ ਆ। ਅਤੇ ਉੱਧਰ ਡੈਣਾ ਸੌਰ ਨਾਲ ਉਹ ਤਾਂ ਛੋਟੇ ਜਿਹਾ ਟਾਇਰ, ਉਹਦੇ ਨਾਲ ਤਾਂ ਛੋਟੇ ਜਿਹਾ ਟਾਇਰ, ਮੂਹਰਲੇ ਤਾਂ ਆਪਾਂ ਪਾਏ ਵੇ ਆ, ਮਗਰਲੇ ਪਾਉਣੇ ਆ। ਅਤੇ ਸੁਬਹਾ ਸੁਬਹਾ ਨਹਾ ਨੂ ਕੇ ਹੋ ਗਿਆ ਮੈਂ ਰੈਡੀ, 8 ਵੱਜ ਗਏ, ਅਤੇ ਚੱਲਦੇ ਹਾਂ। ਲਓ ਵੀ ਮਿੱਤਰੋ ਟਾਈਮ ਜੇ ਨਾਲ ਤੋਰ ਲਿਆ ਕਰੋ, ਕਿਆ ਬਾਤ ਹੈ, ਬਸ ਖਿੱਚ ਕੇ ਜਾਣਾ ਜਗਰਾਓਂ ਜਾਣਾ ਵਾ ਆਪਾਂ, ਨਵੇਂ ਟਾਇਰ ਪਾਉਣੇ, ਤੁਹਾਨੂੰ ਪਹਿਲਾਂ ਵੀ ਦੱਸਤਾ। ਅਤੇ ਐਕਸਾਈਟਮੈਂਟ ਜੀ ਵਾਹਲੀ ਹੋਈ ਪਈ ਆ ਕਿ ਛੇਤੀ ਪਹੁੰਚ ਗਏ ਅਤੇ ਪਵਾਲ ਗਏ ਛੇਤੀ, ਕਿਉਂਕਿ ਤੁਹਾਡੇ ਵੀ ਬਹੁਤ ਕਮੈਂਟ ਆਈ ਜਾਂਦੇ ਸੀ ਟਾਇਰ ਚਾੜੋ ਵੱਡੇ ਵੱਡੇ, 17 ਦੇ, 18 ਦੇ, ਕੋਈ ਕਹੀ ਜਾਂਦਾ, ਕੋਈ 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 ਕਹੀ ਜਾਂਦਾ ਰੇਡੀਅਲ, ਕੋਈ ਫਲਾਨੇ, ਦੇਖਦੇ ਆ ਫਿਰ ਜਾ ਕੇ ਕਿੱਦਾਂ ਦੇ ਆ। ਲਓ ਵੀ ਮਿੱਤਰੋ ਪੰਪ 'ਤੇ ਰੁਕੇ ਹਾਂ, ਟੈਂਕੀ ਹੋ ਗਈ ਵਿਹਲੀ, ਹੁਣ ਆਪਾਂ ਫੁੱਲ ਹੀ ਕਰਾਵਾਂਗੇ ਯਾਰ, ਅਤੇ ਫਿਰ ਚੱਲਦੇ ਹਾਂ ਕਿਉਂਕਿ ਆਉਣ ਜਾਣ 'ਚ 2025 ਤੋਂ ਤਾਂ ਮੱਚ ਹੀ ਜਾਣਾ। ਲਓ ਵੀ ਮਿੱਤਰੋ ਟੈਂਕੀ ਕਰਤੀ ਫੁੱਲ, ਅਤੇ ਤੇਲ ਪਿਆ ਇਹਦੇ 'ਚ 4400 ਆ, ਐਵਾਂ ਸਿਰੇ ਵੱਜ ਗਈ। ਮੈਨੂੰ ਤਾਂ ਐਂ ਸੀਗਾ ਕਿ ਇੱਥੋਂ ਪੰਪ ਤੱਕ ਪਹੁੰਚ ਜੇ, ਮੁੱਕ ਚੱਲਿਆ ਸੀਗਾ। ਲਓ ਵੀ ਮਿੱਤਰੋ ਆਲੂ ਵਾਲਾ ਪਰੌਂਠਾ ਖਾ ਕੇ ਮੈਂ ਤਾਂ ਇੱਧਰ ਨੂੰ ਕੈਮਰਾ ਆਪਦੇ ਬੰਨੇ ਘੁਮਾਉਣ ਜੋਗਾ ਨਹੀਂ, ਅਤੇ 10 ਵੱਜ ਗਏ ਆ, 1.5 ਘੰਟੇ 'ਚ ਬਸ ਲਾਤਾ ਨਾਨਕਸਰ ਦੇ ਨੇੜੇ। ਹੌਲੀ ਹੌਲੀ ਆਇਆ ਨਾ ਮੈਂ, ਜਮਾਂ ਕੀੜੀ ਚੱਲਦਾ ਆਉਂਦਾ ਵਿਚਾਰਾ, ਹਜੇ ਹੌਲੀ ਹੌਲੀ ਚੱਲਦਾ ਵਾ। ਅਤੇ ਬਈ ਡੈੱਕ ਦੀ ਮੈਂ ਤੁਹਾਨੂੰ ਗੱਲਬਾਤ ਦੱਸਦਾ ਬਈ, ਕਿਉਂ ਘਰੇ ਤਾਂ ਚਲਾਈ ਜਾਈਏ ਜਿਵੇਂ ਮਰਜ਼ੀ ਚਲਾਈ ਜਾਈਏ, ਜਦੋਂ ਬਾਹਰ ਅੰਦਰ ਆਉਂਦੇ ਹਾਂ ਬਾਈ ਇੰਨੀ ਬੇਸ ਆ ਯਾਰ, ਸਿਰ ਦੁਖਣ ਲੱਗਦਾ ਬਾਈ ਬੇਸ ਨੇ, ਸੌਂ ਲੱਗੇ ਕਿਉਂਕਿ ਵੱਜ ਦੀ ਵੀ ਕੰਨਾਂ ਕੋਲੇ ਆ ਨਾ, ਇੱਥੇ ਆਪਾਂ ਬਹਿਣਾ ਉਹ ਤਾਂ ਸਿਰ ਆਉਂਦਾ ਵਾ, ਅਤੇ ਬਾਈ 40 ਘੰਟ ਬੇਸ ਆ, ਮਤਲਬ ਪੋਇਨਰ ਨਾਲ ਤਾਂ ਬਾਈ ਬਹੁਤ ਫਰਕ ਆ, ਬਾਕੀ ਪੇਟੀ ਦਾ ਵੀ ਹੈ ਨਾ, ਪੇਟੀ ਦੀ ਐਰਕੀ ਘੈਂਟ ਬਣੀ ਆ, ਫਿਰ ਸਿਰਾ ਹੀ ਹੋ ਗਿਆ ਕੰਮ। ਪਹੁੰਚ ਗਏ ਜਗਰਾਓ ਫਾਈਨਲੀ, ਮੌਸਮ ਜਿਹਾ ਹੋ ਗਿਆ ਖਰਾਬ, ਠੀਕ ਹੈ ਜੀ, ਅਤੇ ਮੈਨੂੰ ਐਂ ਲੱਗਦਾ ਮੀਂਹ ਨਾ ਆ ਜਾਏ, ਕਿਉਂਕਿ ਡੈੱਕ ਦਾ ਹਜੇ ਉਵੇਂ ਪ੍ਰਬੰਧ ਨਹੀਂ ਕੀਤਾ ਕਿ ਮੀਂਹ ਤੋਂ ਬਚ ਜਾਏ, ਇਹ ਤਾਂ ਉੱਥੇ ਹੀ ਕੰਮ ਹੋ ਜਾਣਾ। ਆਏ ਹੋਏ ਆਹ ਤਾਂ ਧੱਕਾ ਹੋਈ ਜਾਂਦਾ, ਟਾਇਰ ਕਿੱਥੇ, ਇਹ ਸੀ ਦੁਕਾਨ ਮਿੱਤਰੋ ਜਿੱਥੋਂ ਅੱਗੇ ਮੂਹਰਲੇ ਟਾਇਰ ਲੈ ਕੇ ਗਏ ਸੀ, ਉਹਨਾਂ ਤੋਂ ਹੀ ਬੋਲ ਰਹੇ ਹਾਂ, ਮੇਰੇ ਹਿਸਾਬ ਨਾਲ ਇੱਧਰ ਹੀ ਆ। ਪਹੁੰਚ ਗਏ ਕੱਲੇ ਨੇ ਕਹੇ ਆ ਮੈਂ, ਆਓ ਚਲੋ, ਕਿਆ ਬਾਤ ਹੈ ਕਿਆ ਬਾਤ ਹੈ, ਆਓ ਜੇ ਆਹ ਟਾਇਰ ਪਾਉਣੇ ਜਿਹੜੇ ਆਪਾਂ 440 ਓਕੇ, ਆਈ ਦੀ ਬੜੀ ਘੈਂਟ ਗੁੱਡੀ ਕਰਦੇ, ਪੂਰਾ ਫਰਕ ਹੈ ਯਾਰ, ਇੰਨਾ ਕੀ ਟਰੈਕਟਰ ਉਹ ਮੂਹਰੇ ਉੱਚਾ ਰਹਿੰਦਾ ਵਾ, ਜਿੰਨਾ ਆਹ 440 ਨੰਬਰ, ਆਹ 420, ਹੁਣੇ ਕੀ ਆਹ ਪਵਾ ਕੇ ਕਰਨੇ ਆ। ਇਹ ਮਤਲਬ ਭੱਜਣ ਭਜਾਉਣ ਵਾਲੇ ਟਾਇਰ ਕਿੰਨਾ ਸਹਿਜ, ਇਹ
ਉਹ ਥੈ ਬੜਾ ਚੌੜਾ ਹਨਾ, ਆਹ ਚੌੜਾ ਘਾਟਾ ਬਾਈ ਇੰਚ ਦਾ ਫਰਕ ਆ ਉਵੇਂ ਨੰਬਰਾਂ 'ਚ। ਯਾਰ ਛੋਟੇ ਜਿਹੇ ਪਾਉਣ ਨਾਲੋਂ ਆਹ ਸਹੀ ਆ, ਹਾਈਟ 'ਚ ਛੋਟੇ ਪਾਉਣ ਨਾਲੋਂ ਉਹਦਾ ਹੀ ਫਰਕ ਆ ਟਾਇਰ ਦਾ ਤਾਂ। ਅਦਾ ਇਹਦੇ ਨਾਲੋਂ ਵੀ ਉੱਚੇ ਲੱਗਦੇ ਆ ਹਾਲ ਦਾ, ਊਂ ਹੀ ਫੁੱਲਿਆ ਜਾ ਵਾ ਹਨਾ। ਚਾਰ ਸੌ ਚਾਲੀ ਪਚਾਸੀ ਆਰ ਅਠਾਈ ਸਤਾਰਾਂ ਸਤਾਰਾਂ ਕਰਦੇ ਸੀ, ਸਤਾਰਾਂ ਦੇ ਵੀ ਰੇਡੀ ਵਾਲੀ ਪਾਉਣ ਲੱਗੇ ਆਪਾਂ, ਅਤੇ ਆਹ ਵਾ ਸੋਲਾਂ ਵਾਲੇ ਚਾਰ ਸੌ ਵੀਹ ਪਚਾਸੀ ਆਰ ਅਠਾਈ। ਫਰਕ ਤੁਹਾਨੂੰ ਦਿੰਦਾ ਹੀ ਆ, ਦੋ ਇੰਚ ਦਾ ਫਰਕ ਉੱਤੇ ਨੂੰ ਅਤੇ ਚੌੜਾ ਦਾ ਵਾਧਾ। ਆਹ ਵਾਲੇ ਚਾੜਨੇ ਬਾਈ ਆਪਾਂ, ਕਣਕ ਜੀ ਬਣੀ ਵੀ ਹੈ, ਓਕੇ ਆ। ਖੋਲਤਾ 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 ਹੁਣ ਤਾਂ ਵੀ ਟਾਇਰ ਚੌੜਾ ਜਿਹਾ ਲੱਗੀ ਜਾਂਦਾ ਓਏ ਰਹਿਣ ਦੇ। ਯਾਰ ਭੱਜਣ ਭਜਾਉਣ ਵੇਲੇ ਮੈਂ ਕਹਿੰਦਾ ਆਹ ਲੈ ਟਾਇਰ ਪਾਲ ਗਏ ਯਾਰ, ਭਾਰਾ ਹੋਏ ਆ ਵੀ, ਜਿਹੜੇ ਤੁਹਾਨੂੰ ਪਹਿਲਾਂ ਦਿਖਾਏ ਸੀ ਉਹ ਆਹ ਪਏ, ਕਿੱਧਰ ਗਏ ਆ ਰਹੇ ਆਹ ਟਾਇਰ। ਇਹ 'ਚ ਹਾਈਟ 'ਚ ਵੀ ਹੈਗੇ ਆ ਆਲੇ, ਆਹ ਦੇਖੋ ਇਹ ਦੇਖਦੇ ਹਾਂ ਕੋਈ ਨਾ, ਜਦੋਂ ਕੋਈ ਟਰੈਕਟਰ ਨਾਲ ਕੀਤਾ ਉਹ ਪੰਗਾ ਉਦੋਂ ਆਪਾਂ ਟਾਇਰ ਪਾਵਾਂਗੇ ਇਹ ਵਾਲੇ ਵੀ। ਰਹਿਮ ਰਹਿਮ ਥੋੜ੍ਹੀ ਸੀ ਰਹਿਮ। ਲਓ ਵੀ ਮਿੱਤਰੋ ਇਹ ਆਹ ਜੱਕੋ ਦੂਜਾ ਟਾਇਰ ਵੀ, ਜੱਕੋ ਪਰੌਂਠਾ ਦਹੀਂ ਨਾਲ। ਅੱਛਾ ਬੀ ਕੇ ਟੀ ਦਾ ਰੇਡੀਅਲ 460 85 ਯਾਰ, ਆਹ ਵੀ ਠੀਕ ਆ ਯਾਰ। ਬਾਈ ਕਹਿੰਦੇ ਨਜ਼ਾਰਾ ਹੀ ਆ ਗਿਆ, ਚੌੜੇ ਚੌੜੇ 17 ਦੇ ਟਾਇਰ, ਉਹ ਵੀ ਰੇਡੀਅਲ, ਰੇਡੀਅਲ 'ਚ ਆਪਾਂ 17 ਕਹਿ ਲਓ ਚਾਹੇ ਕਹਿ ਲਓ 440 ਨੰਬਰ, ਠੀਕ ਹੈ ਜੀ। ਅਤੇ ਇਸ ਤੋਂ ਉੱਤੇ 18 ਦੇ ਆਉਂਦੇ, ਉਹਦੇ ਵਾਸਤੇ ਫਿਰ ਕੜੇ ਵੀ ਆਪਾਂ ਨੂੰ ਦੂਜੇ ਚਾਹੀਦੇ ਸੀਗੇ 55-30 ਵਾਲੇ, ਮਤਲਬ 30 ਇੰਚੀ ਕੜੇ, ਸੋ ਤਾਂ ਕਰਕੇ ਆਪਾਂ ਇਹੀ ਪਵਾਏ ਆ। ਉਹ ਮਹਿੰਗੇ ਵੀ ਇਹਦੇ ਨਾਲੋਂ 25,000 ਰੁਪਇਆ ਜ਼ਿਆਦਾ ਮਹਿੰਗੇ ਸੀ, ਅਤੇ ਜਿਹੜੇ ਆਪਣੇ MRF ਦੇ ਨਾਲ ਆਏ ਸੀ ਟਾਇਰ ਉਹ ਆਪਾਂ ਵਿੱਚ ਕਟਾਤੇ, ਕਿਉਂਕਿ ਉਹ ਵੈਸੇ ਵੀ ਆਪਣੇ ਕੰਮ ਦੇਣੀ। ਇੱਕ ਜੋੜੀ ਜ਼ਰੂਰ ਦਿੱਤੇ ਪੈਸੇ ਹੋਏ ਆਪਣੇ ਕੋਲ ਚੰਗੇ, ਕਿਉਂਕਿ ਆਪਾਂ ਗੁੜੀਅਰ ਦੀ ਇੱਕ ਨਵੀਂ ਜੋੜੀ ਲੈ ਕੇ ਜ਼ਰੂਰ ਰੱਖ ਲਾਂਗੇ ਮਿੱਤਰੋ, ਉਹ ਤਾਂ ਰੱਖਾਂਗੇ ਉਹਦੀ ਗਰੁੱਪ ਗਰੁੱਪ ਬਣਾ ਕੇ ਟੋਜਣਾ ਵਾਸਤੇ, ਕਈ ਵਾਰੀ ਕੋਈ ਮੇਲਾ ਮੁਲਾ ਲਾਉਣ ਨੂੰ ਦਿਲ ਕਰਿਆ ਆਉਂਦਾ। ਹੈਲੋ, ਅਤੇ ਹੁਣ ਮੈਂ ਕਹਿੰਦਾ ਪੂਰਾ ਨਜ਼ਾਰਾ ਯਾਰ, ਥੋੜ੍ਹਾ ਜਿਹਾ ਬੁੜਕਦਾ ਵੱਧਦਾ ਟਰੈਕਟਰ, ਅਤੇ ਬਾਈ ਉੱਤੇ ਬਹਿ ਕੇ ਐਂ ਪਤਾ ਲੱਗਦਾ ਕਿ ਉੱਚਾ ਹੋਇਆ ਮੈਂ, ਘੱਟੋ ਘੱਟ ਇੰਨਾ ਸਾਰਾ ਉੱਚਾ ਹੋ ਗਿਆ ਬਾਈ, ਜਾਂ ਜਿਵੇਂ ਸੀਟ ਉੱਚੀ ਕਰਤੀ ਹੁੰਦੀ ਆ ਉਹਨਾਂ ਨੇ। ਪਰ ਬਾਈ ਹੁਣ ਟਰੈਕਟਰ ਪੱਧਰ ਵੀ ਹੋ ਗਿਆ, ਅਤੇ ਥੋੜ੍ਹਾ ਜਿਹਾ ਬੁੜਕਦਾ ਤਾਂ ਵਾ, ਹਵਾ ਵੱਧਦਾ ਹਜੇ, ਜਦੋਂ ਹਵਾ ਘਟਾਤੀ ਉਦੋਂ ਸੈੱਟ ਹੋ ਜੂ ਕੰਮ। ਬਾਕੀ ਮਿੱਤਰੋ ਟਾਇਰ ਆਪਾਂ ਚੜ੍ਹਾਏ ਅੱਗੇ ਹੀ ਪਹੁੰਚਦੇ ਹੁੰਦੇ ਆ ਬਾਈ, ਕਿ ਕਿੱਥੋਂ ਲਏ ਆ, ਇਹ ਗੁਲਸ਼ਨ ਟਾਇਰ ਕਰਕੇ ਸ਼ੌਪ ਆ ਜਗਰਾਓ, ਠੀਕ ਹੈ ਜੀ। ਜਦੋਂ ਆਪਾਂ ਮੇਨ ਬੱਸ ਸਟੈਂਡ ਦੇ ਸਾਹਮਣੋਂ ਮੁੜ ਕੇ ਗਾਂ ਉੱਧਰ ਨੂੰ ਪਰਾਂ ਨੂੰ ਇੱਧਰ ਨੂੰ ਜਾਣਾ ਵਾ, ਅਤੇ ਬਾਕੀ ਤੁਸੀਂ ਰਾਹ ਜਿਹਾ ਦੇਖ ਹੀ ਲਿਆ ਵਲੋਗ ਦੇ ਵਿੱਚ, ਠੀਕ ਹੈ ਜੀ, ਪਤਾ ਹੀ ਲੱਗ ਜਾਂਦਾ। ਜਿੱਧਰ ਸਾਰੀਆਂ ਟਰੈਕਟਰਾਂ ਦੇ ਟਾਇਰਾਂ ਵਾਲੀਆਂ ਦੁਕਾਨਾਂ ਉੱਥੇ ਵਾਧੂ ਸਾਰੀਆਂ ਵਾ, ਅਤੇ ਪੀ ਕੇ ਟੀ ਦੇ ਸਾਰੇ ਟਾਇਰ ਆ, ਮੂਹਰਲੇ ਟਾਇਰ ਵੀ ਪੀ ਕੇ ਟੀ ਦੇ ਆ, ਮਗਰਲੇ ਵੀ ਪੀ ਕੇ ਟੀ ਦੇ ਆ। ਹਾਂ ਵਿੱਚ ਪੈਸੇ ਜ਼ਰੂਰ ਪਏ ਆ, ਜਿਵੇਂ ਮਤਲਬ ਆਪਣੇ ਹੁਣ 25,000 ਰੁਪਇਆ ਪਿਆ ਮਿੱਤਰੋ ਦੂਜੇ ਟਾਇਰ ਕਟਾ ਕੇ ਵਿੱਚ ਆਹ ਟਾਇਰ ਪਾਉਣ ਦੇ ਵਿੱਚ, ਠੀਕ ਹੈ ਜੀ। ਆਹ ਦੇਖੋ ਇੱਥੇ ਬੜਕੂਗਾ ਬਹੁਤ ਟਰੈਕਟਰ, ਬੁੜਕਦਾ ਜ਼ਿਆਦਾ, 20 ਪੌਂਡ ਹਵਾ ਵਾ ਹਜੇ ਤਾਂ, ਬਾਕੀ ਦੇਖਦੇ ਹਾਂ ਗਾ, ਚਲੋ ਕਦੇ ਘਟਾਉਣ ਦੀ ਲੋੜ ਪਈ ਘਟਾ ਦਾਂਗੇ, ਨਹੀਂ ਪਾਣੀ ਭਰ ਦਾਂਗੇ ਵਿੱਚ।
ਆ ਗਏ ਘਰੇ ਫਾਈਨਲੀ 2 ਵਜਦੇ ਨੂੰ। ਕਿਵੇਂ ਆ ਸਾਜਨ ਟਾਇਰ ਵੇ? ਬਹੁਤ ਵਧੀਆ ਬਹੁਤ ਵਧੀਆ। ਹੁਣ ਫੇਰ ਨਾ ਤੂੰ ਕਹਿ ਦੇ ਕਿ ਚੱਲ ਟੋਜਨ ਪਾਈਏ, ਹੁਣ ਤੇਰੇ ਵੱਡੇ ਟਾਇਰ ਪਾ ਲੇ। ਵਧੀਆ ਯਾਰ, ਹਜੇ ਵੀ ਤੁਸੀਂ ਸਾਨੂੰ ਡਰਾਉਂਦੇ ਹੀ ਰਹਿੰਦੇ ਹੋ। ਲੱਕੀ ਵੀ ਲੱਗਾ ਪਿਆ ਕੋਈ ਕੰਮ ਕਰਨਾ। ਹੈਗਾ ਹੈਗਾ ਖੌਫ ਤਾਂ ਹੈਗਾ। ਚੌੜੇ ਚੌੜੇ ਟਾਇਰ ਧਰਤੀ ਨੂੰ ਮਾਪਦੇ ਚੱਕਦੇ ਆ ਸਾਜਨ ਵਰਗੇ, ਵੇਖ ਵੇਖ ਅੱਡੀਆਂ। ਬਾਈ ਦੱਸਿਓ ਮੈਨੂੰ ਕਮੈਂਟ ਕਰਕੇ ਕਿ ਟਾਇਰ ਕਿਵੇਂ ਲੱਗੇ ਤੇ ਟ੍ਰੈਕਟਰ ਕਿਵੇਂ ਲੱਗਦਾ। ਬਸ ਤੁਹਾਨੂੰ ਲੁੱਕ ਦਿਖਾਤੀ ਆ, ਇਹ ਆ ਤੁਹਾਨੂੰ ਪਹਿਲਾਂ ਵੀ ਦੱਸਤਾ ਸੀਗਾ 17 ਦੇ ਟਾਇਰ ਆ, ਠੀਕ ਹੈ 18 ਵੀ ਨੀਗੇ 17 ਵਾ ਰੇਡੀਅਲ ਟਾਇਰ BKT ਦੇ। ਇਹਦਾ ਨੰਬਰ ਤੁਹਾਨੂੰ ਦਿਖਾ ਦਿੰਦਾ, 440-85 ਇੰਜ ਕਰਕੇ ਸੀਗਾ। ਅਤੇ ਇਸੇ ਕੜੇ ਦੇ ਵਿੱਚ ਪੈ ਜਾਂਦੇ, ਜੇ ਇਹਨਾਂ ਨੂੰ ਹੋਰ ਘੈਂਟ ਕਰਾਉਣਾ ਤਾਂ 4 ਇੰਚੀ ਹੋਰ ਕੜਾ ਜੇ ਚੌੜਾ ਮਿਲ ਜੇ, ਮਤਲਬ ਜਕਰਾਉਣਾ ਪੈਂਦਾ ਜਾਂ ਪਤਾ ਨਹੀਂ ਮਿਲ ਜਾਂਦਾ ਯਾਰ, ਇੰਨਾ ਮੈਨੂੰ ਪਤਾ ਨਹੀਂ, ਮੈਂ ਲੱਕੀ ਨੂੰ ਪੁੱਛੂੰਗਾ। ਅਤੇ ਉਹ ਕਰਾਵਾਂਗੇ ਆਪਾਂ, ਠੀਕ ਹੈ, ਉਹਦਾ ਟਾਇਰ ਹੋਰ ਚੌੜਾ ਲੱਗੂਗਾ ਇਹ, ਅਤੇ ਬਾਹਲੀ ਘੈਂਟ ਲੁੱਕ ਹੋਜੂ। ਟ੍ਰੈਕਟਰ ਜਮਾਂ ਮੂਹਰੇ 11-16 ਵਾਂ, ਜਮਾਂ ਪੱਤਰ ਖੜਦਾ ਜਮਾਂ। ਅਤੇ ਬਾਕੀ ਇਹਨਾਂ ਦੀ ਬਾਈ ਗ੍ਰਿਪ ਯਾਰ, ਮਤਲਬ ਮਾੜਾ ਇੱਕ ਕਲੱਚ ਛੱਡਿਆ ਸੀ ਬਾਈ, ਅਤੇ ਮੈਂ ਕਹਿੰਦਾ ਟ੍ਰੈਕਟਰ ਮੂਹਰੋਂ ਅੱਗਾ ਚੱਕਦਾ, ਇੰਨੀ ਗ੍ਰਿਪ ਟਾਇਰਾਂ ਦੀ। ਅਤੇ ਬਾਈ ਦੇ ਵਿੱਚ ਮੇਰੇ ਸਾਹਮਣੇ ਵੱਡੇ ਟਾਇਰਾਂ ਨਾਲ ਥੋੜ੍ਹਾ ਜਿਹਾ ਫਰਕ ਪਊਗਾ ਪਰਫੋਰਮੈਂਸ ਦੇ ਵਿੱਚ। ਬਾਕੀ ਦੇਖਦੇ ਹਾਂ ਕਿਸੇ ਦਿਨ ਜਿੱਦਾਂ ਮਿੱਤਰੋ ਟਾਈਮ ਜਿਹਾ ਹੋਇਆ, ਹਾਲ ਜਾ ਤਵਾਂਗਾ ਪਾ ਕੇ ਟ੍ਰੈਕਟਰ ਦੀ ਪੂਰੀ ਕਢਾਵਾਂਗੇ ਜੀਭ। ਹੋਪ ਤੁਹਾਨੂੰ ਟਾਇਰ ਟੂਰ ਘੈਂਟ ਲੱਗੇ ਹੋਣਗੇ। ਅਤੇ ਬਾਕੀ ਡੈੱਕ ਢੱਕਣਾ, ਅੱਜ ਮੀਂਹ ਤੋਂ ਬਚ ਗਿਆ ਬਾਈ ਡੈੱਕ, ਮੀਂਹ ਆ ਗਿਆ ਸੀ ਰਾਹ ਦੇ ਵਿੱਚ, ਮੇਰਾ ਫੋਨ ਮੈਂ ਕੱਢਣ ਨੂੰ ਜੀ ਨਹੀਂ ਕੀਤਾ, ਮੈਂ ਕਿਹਾ ਗੋਲੀ ਮਾਰਤੇ ਬਾਕੀ ਜਗਮਗ ਜਗਮਗ ਤਾਂ ਮਿੱਤਰੋ। ਛਾਲ ਹੀ ਬੜੀ ਉੱਚੀ ਥਾਂ ਤੋਂ ਮਾਰਦੇ ਆ। ਚੱਲ 1-2 ਕਰਕੇ, 1-2 ਕਰਕੇ, 1-2 ਕਰਕੇ, 1-2 ਕਰਕੇ। ਓਏ ਓਏ ਤੋੜਤਾ ਨਹੀਂ ਪੁੱਤ, ਲੈ ਚੱਲ 1-2 ਕਰਕੇ, ਠੀਕ ਆ ਗੋ। ਹੋਰ ਫਿਰ ਕਿਵੇਂ ਆ ਫੇ? ਚੱਲ ਚੱਲ, ਨਹੀਂ ਟੁੱਟਿਆ ਨਹੀਂ ਟੁੱਟਿਆ। 1 ਹਏ 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 ਤੋ ਬਸ ਟੁੱਟ ਗਿਆ ਬਚ ਬਣਾਵਾ। ਆ ਲੈ ਡੋਗੀ ਆ ਗਿਆ, ਚੱਲ 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 ਚੱਲ। ਡੋਗੀ ਕਹਿੰਦਾ ਮੈਂ ਵੀ ਛਾਲ ਲਾਊ, ਹੈ ਵੇਖੂ ਚੱਲ ਭਰਾ ਹੋ ਜਾ ਡੋਗੀ ਖਾ ਗਿਆ। ਹਾਂ ਹੋਈ ਛੋਤਾ ਦੋਗੀ, ਕਿੱਥੇ ਛੋਤਾ, ਉਹ ਰਿਹਾ ਛੋਤਾ ਦੋਗੀ। ਚਲੋ 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 ਛਾਲ ਮਾਰ ਦੋ ਛਾਲ ਛਾਲ ਮਿੱਤਰੋ। ਆਹ ਤਾਂ ਜਿਹੜੇ ਖੇਡੇ ਪੈ ਜਾਣਾ ਤੋੜਤਾ, ਬਸ ਬਸ ਚਲੋ ਪੈ ਜਾਓ ਛੋ ਜਾਓ ਦੁਬਾਰਾ ਵਾਵਾਂ। ਇਹ ਤਾਂ ਹੁਣ ਮਿੱਤਰੋ ਘੰਟਾ ਇੱਥੇ ਹੀ ਕਰਾਰੀ ਅੜੀ ਰਹਿਣੀ ਆ ਸਾਡੀ ਦੋਨਾਂ ਦੀ। ਹਾਂ ਹਾਂ ਮਾਰ ਮਾਰ ਛਾਲ ਫਿਰ, 1-2-3 ਗੋ। ਵੀਡੀਓ ਦੇ ਵਿੱਚ ਸਿਰਫ ਮਿੱਤਰੋ ਇੰਨਾ ਹੀ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ, ਟਾਇਰ ਘੈਂਟ ਲੱਗੇ, ਲੁੱਕ ਘੈਂਟ ਲੱਗੇ ਆਪਣੇ ਡਰੈਗਨ ਦੀ, ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਮਾੜਾ ਕਮੈਂਟ ਕਰ ਦਿਓ ਕੁਛ ਹੋਰ ਜਿਹੜੀ ਚੀਜ਼ ਤੁਸੀਂ ਕਹੋ। ਬਾਈ ਬਹੁਤ ਕੀਤੇ ਆ ਬਾਈ ਤੁਸੀਂ ਕਮੈਂਟ ਟਾਇਰਾਂ ਵਾਸਤੇ, ਮੈਨੂੰ ਪਤਾ ਬੰਪਰ ਨੂੰ ਵੀ ਆ ਰਹੇ ਆ, ਉਹ ਵੀ ਕਰਦੇ ਆ ਕੋਈ ਨਾ, ਸਾਰਾ ਕੁਛ ਕਰਾਂਗੇ ਕੰਮ। ਮਈਸੀ ਵਾਲੀ ਰੇਸ ਵੀ ਲਾਉਣੀ ਆ, ਨਿੱਕੇ 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 ਵਾਧੂ ਕੰਮ ਆ ਸਾਰੇ ਕਰਕੇ, ਫਿਰ ਆਪਾਂ ਹੋਰ ਵੀ ਘੈਂਟ ਘੈਂਟ ਚੀਜ਼ਾਂ ਕਰਾਂਗੇ, ਠੀਕ ਹੈ। ਮੋਡੀਫਿਕੇਸ਼ਨ ਦੇ ਨਾਲ ਨਾਲ ਆਪਾਂ ਹੋਰ ਤਰ੍ਹਾਂ ਦੀਆਂ ਵੀ ਵੀਡੀਓ ਬਣਾਵਾਂਗੇ, ਜਿਵੇਂ ਜ਼ੋਰ ਜ਼ੋਰ ਵੇਖਾਂਗੇ ਟ੍ਰੈਕਟਰ ਦਾ, ਤਵੀਆਂ ਤੁਵੀਆਂ ਕਹੇ ਦਿੰਦੇ ਜਿਵੇਂ ਪਹਿਲਾਂ ਦੱਸਦਾ ਪਿਆ ਸੀ ਪਾਵਾਂਗੇ। ਅਤੇ ਬਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਮਿਲਦੇ ਹਾਂ, ਬਾਏ ਬਾਏ। ਮੁੰਡੇ ਸਿਰ ਨੀ ਝੁਕਾਉਂਦੇ ਮਰਨਾ ਮਨਜ਼ੂਰੇ ਆ, ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ, ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ, ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਹਣੇ ਕਹਿਲੀ, ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ, ਤੇਰਾ ਝੂਟੇ ਖਾਦਾ ਲੱਕ ਮੇਰਾ ਸੀਨਾ ਬੈਨ ਦਾ, ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ, ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।